ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਲਈ ਵਿਗਲ ਵੱਜ ਚੁੱਕਿਆ ਅਤੇ ਸਾਰੇ ਉਮੀਦਵਾਰ ਆਪਣੇ ਆਪਣੇ ਪ੍ਰਚਾਰ ਵਿੱਚ ਜੁਟੇ ਹੋਏ ਨੇ ਅਤੇ ਇਸੇ ਤਹਿਤ ਅੱਜ ਅਸੀਂ ਪਹੁੰਚੇ ਹੋਏ ਹਾਂ ਸਰਦਾਰ ਹਰਪਾਲ ਸਿੰਘ ਕੋਲ ਜੋ ਕਿ ਉਮੀਦਵਾਰ ਨੇ ਅਤੇ ਆਓ ਉਹਨਾਂ ਤੋਂ ਅਸੀਂ ਜਾਣਦੇ ਕਿ ਉਹ ਕਿਹੜੀ ਪਾਰਟੀ ਤੋਂ ਖੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਸਭ ਤੋਂ ਪਹਿਲਾਂ ਆਪਣੀ ਪਾਰਟੀ ਬਾਰੇ ਦੱਸੋ, ਤੁਸੀਂ ਕਿਹੜੀ ਪਾਰਟੀ ਤੋਂ ਖੜੇ ਹੋਏ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ, ਜੈ ਭਾਰਤ, ਜੈ ਪ੍ਰਭੁੱਧ। ਮੈਂ ਅੰਬੇਦਕਰ ਰਾਈਟ ਪਾਰਟੀ ਆਫ ਇੰਡੀਆ ਵੱਲੋਂ ਚੋਣ ਲੜ ਰਿਹਾ ਹਾਂ ਪਟਿਆਲਾ ਲੋਕ ਸਭਾ ਸੀਟ ਲਈ। ਤੇ ਸਰ, ਜਿਵੇਂ ਕਿ ਤੁਸੀਂ ਚੋਣਾਂ 'ਚ ਖੜੇ ਹੋਏ ਹੋ ਤੇ ਤੁਹਾਡੇ ਮੁੱਦੇ ਕੀ ਨੇ? ਸਾਡੇ ਮੁੱਦੇ ਬਹੁਤ ਇੰਪੋਰਟੈਂਟ ਨੇ। ਨੰਬਰ 1 ਬੇਰੁਜ਼ਗਾਰੀ ਦਾ ਮੁੱਦਾ, ਅਤੇ ਅਡਹਾਕ ਅਤੇ ਕੱਚੇ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਮੁੱਦਾ, ਕਿਸਾਨਾਂ ਦਾ ਮੁੱਦਾ, ਅਤੇ ਨੌਜਵਾਨ ਜਿਹੜੇ ਭਟਕਦੇ ਫਿਰਦੇ ਹਨ, ਜਿਹੜੇ ਨਸ਼ਿਆਂ ਦੇ ਵਿੱਚ ਫਸ ਰਹੇ ਹਨ, ਉਹਨਾਂ ਦਾ ਬਹੁਤ ਵੱਡਾ ਮੁੱਦਾ ਹੈ। ਅਤੇ ਨੈਸ਼ਨਲ ਲੈਵਲ 'ਤੇ ਜਿਹੜੇ ਮੁੱਦੇ ਹਨ, ਜਿਸ ਤਰ੍ਹਾਂ ਕਿ ਨੌਕਰੀਆਂ ਜਿਹੜੀਆਂ ਹੈ ਹਰ ਦਿਨ ਘੱਟਦੀਆਂ ਜਾ ਰਹੀਆਂ ਨੇ, ਮੋਦੀ ਸਰਕਾਰ ਨੇ ਨੌਕਰੀਆਂ ਬਹੁਤ ਘੱਟ ਕਰ ਦਿੱਤੀਆਂ ਨੇ, ਪ੍ਰਾਈਵੇਟੇਸ਼ਨ ਖਤਮ ਕੀਤੀ ਜਾ ਰਹੀ ਹੈ, ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ BSNL ਦੇ ਵਿੱਚ, ਰੇਲਵੇ ਦੇ ਵਿੱਚ, ਸਾਰੇ ਮਹਿਕਮੇ ਜਿਹੜੇ ਇਹ ਪ੍ਰਾਈਵੇਟ ਕਰਨ ਲੱਗੇ ਹਨ। ਇਹ ਸਾਡੇ ਮੇਨ ਮੁੱਦੇ ਹਨ। ਮੈਂ ਯੂਥ ਨੂੰ ਇਹ ਕਹਿਣਾ ਚਾਹੂੰਗਾ ਕਿ ਅਸੀਂ 70 ਸਾਲ ਹੋ ਗਏ ਇਹਨਾਂ ਰਵਾਇਤੀ ਪਾਰਟੀਆਂ ਨੂੰ ਵੋਟਾਂ ਪਾਉਂਦਿਆਂ ਨੂੰ। ਭਾਰਤ ਦਿਨੋ ਦਿਨ ਗਰੀਬ ਹੋ ਰਿਹਾ ਹੈ, ਭਾਰਤ ਦੇ ਲੋਕ ਗਰੀਬ ਹੋ ਰਹੇ ਹਨ, ਜਿਹੜੇ ਚੰਦ ਲੋਕ ਘਰਾਣੇ ਹਨ ਉਹ ਅਮੀਰ ਹੋ ਰਹੇ ਹਨ। ਬਾਬਾ ਸਾਹਿਬ ਦੇ ਸੰਵਿਧਾਨ ਆ ਜਿਹੜਾ, ਉਸ ਨੂੰ ਮੁੱਖ ਰੱਖ ਕੇ ਪੰਜਾਬ ਦਾ ਭਲਾ ਹੋ ਸਕਦਾ ਹੈ। ਅਤੇ ਹਿਊਮਨ ਰਾਈਟਸ ਦੇ ਜਿੱਥੇ ਜਗ੍ਹਾ ਜਗ੍ਹਾ 'ਤੇ ਡਾਂਗਾ ਵਸਾਈਆਂ ਜਾਂਦੀਆਂ ਹਨ ਬੇਰੁਜ਼ਗਾਰ ਟੀਚਰਾਂ 'ਤੇ, ਨਰਸਾਂ 'ਤੇ, ਨਰਸਾਂ ਵਿਚਾਰੀਆਂ ਨਹਿਰਾਂ ਦੇ ਵਿੱਚ ਛਾਲਾਂ ਮਾਰ ਰਹੀਆਂ ਹਨ, ਹਸਪਤਾਲਾਂ ਦੇ ਉੱਪਰੋਂ ਛਾਲਾਂ ਮਾਰ ਰਹੀਆਂ ਹਨ, ਧਰਨੇ ਦੇ ਰਹੀਆਂ ਹਨ, ਕੋਈ ਸੁਣਵਾਈ ਨਹੀਂ ਹੈ। ਹਿਊਮਨ ਰਾਈਟਸ ਦਾ ਪੰਜਾਬ ਦੇ ਵਿੱਚ ਕਾਣ ਹੋ ਰਿਹਾ ਹੈ ਕਿ ਹਿਊਮਨ ਰਾਈਟਸ ਨੂੰ ਅਸੀਂ ਮੁੱਦਾ ਅੱਗੇ ਲੈ ਕੇ ਚੱਲਾਂਗੇ ਕਿ ਹਿਊਮਨ ਰਾਈਟਸ ਦੇ ਆਧਾਰ 'ਤੇ ਤੁਸੀਂ ਸਾਨੂੰ ਵੋਟਾਂ ਪਾਓ, ਅਸੀਂ ਇਸ ਦੀ ਰਾਖੀ ਕਰਾਂਗੇ। ਅਤੇ ਪੰਜਾਬ ਸਰਕਾਰ ਵੱਲੋਂ ਜੋ ਵੀ ਕੰਮ ਕੁਛ ਕੀਤੇ ਗਏ ਹਨ, ਅੱਛੇ ਹਨ, ਠੀਕ ਹਨ, ਦੂਜਿਆਂ ਦੇ ਮੁਕਾਬਲੇ ਕੁਛ ਠੀਕ ਹਨ, ਪਰ ਜਿਹੜੇ ਮੁੱਦੇ ਸਾਡੇ ਲੋਅਰ ਲੈਵਲ ਲੋਕਾਂ ਦੇ ਨੇ, ਉਹਨਾਂ ਵੱਲੋਂ ਨਹੀਂ ਉਠਾਏ ਜਾ ਰਹੇ। ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਵਰਦੀਆਂ ਦਾ ਮਸਲਾ ਸੀ, SC ST ਬੱਚਿਆਂ ਦੀ ਵਰਦੀਆਂ ਦਾ ਮਸਲਾ ਸੀ, ਸਰਦੀ ਦੀਆਂ ਵਰਦੀਆਂ ਬਹੁਤ ਲੇਟ ਦਿੱਤੀਆਂ ਗਈਆਂ, ਅਤੇ ਉਹ ਵਰਦੀਆਂ ਦਾ ਕੱਪੜਾ ਵੀ ਘਟੀਆ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ। ਇਹੋ ਜਿਹੇ ਮੁੱਦੇ ਗਾਂਧੀ ਸਾਹਿਬ ਵੱਲੋਂ ਬਿਲਕੁਲ ਨਹੀਂ ਉਠਾਏ ਗਏ। ਦੂਜੇ ਨੰਬਰ 'ਤੇ ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਕਰਜ਼ੇ ਮਾਫ਼ ਕਰ ਰਹੀ ਹੈ, ਇਸੇ ਤਰ੍ਹਾਂ ਖੇਤ ਮਜ਼ਦੂਰ ਹਨ, ਜਿਹੜੇ ਰਿਕਸ਼ਾ ਚਾਲਕ ਹਨ, ਹੋਰ ਮਜ਼ਦੂਰ ਲੋਕ ਹਨ, ਉਹਨਾਂ ਦੇ ਇੱਕ ਵੀ ਪੈਸਾ ਮਾਫ਼ ਸਰਕਾਰ ਵੱਲੋਂ ਨਹੀਂ ਕੀਤਾ ਗਿਆ, ਅਤੇ ਗਾਂਧੀ ਸਾਹਿਬ ਨੇ ਇਹਨਾਂ ਦਾ ਕੋਈ ਵੀ ਮੁੱਦਾ ਨਹੀਂ ਉਠਾਇਆ। ਮੈਂ ਕਰੂੰਗਾ ਪਹਿਲੇ ਨੰਬਰ 'ਤੇ ਤਾਂ ਮੈਂ ਬੇਰੁਜ਼ਗਾਰੀ ਹੈ ਜਿਹੜਾ, ਉਸ ਨੂੰ ਉਸ ਦੇ ਹੱਲ ਲਈ ਅੱਗੇ ਵਧਾਂਗਾ। ਦੂਜੇ ਨੰਬਰ 'ਤੇ ਮੈਂ ਜਿਹੜਾ ਸਾਡੇ ਨਸ਼ਿਆਂ ਦਾ ਰੁਝਾਨ ਹੈ ਬੱਚਿਆਂ ਦੇ ਵਿੱਚ ਪਿਆ ਹੋਇਆ, ਇਸ ਨੂੰ ਇਸ ਪਈ ਸਾਡਾ ਪੰਜਾਬ ਬੜਾ ਚਿੰਤਤ ਹੈ, ਮੈਂ ਨਸ਼ਿਆਂ ਦੇ ਮੁੱਦੇ ਲਈ ਬਹੁਤ ਕੰਮ ਕਰਾਂਗਾ। ਅਗਲੇ ਨੰਬਰ 'ਤੇ ਮੈਂ ਜੋ ਸਾਡਾ ਯੂਥ ਹੈ, ਇਸ ਨੂੰ ਵਧੀਆ ਸੇਧ ਦੇਣ ਵਾਸਤੇ, ਮੋਟੀਵੇਟ ਕਰਨ ਵਾਸਤੇ ਆਪਣੀ ਜਿਹੜੀ ਹੈ ਜਿਹੜੀ ਸੱਚਾਈ ਹੈ ਸਾਡੀ ਪਾਰਟੀ ਦੀ, ਉਹ ਅੱਗੇ ਲੈ ਕੇ ਜਾਵਾਂਗੇ ਇਹਨਾਂ ਲੋਕਾਂ ਕੋਲ। ਮੈਂ ਆਮ ਵੋਟਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਰਕਾਰਾਂ ਬਦਲਣ ਦੇ ਨਾਲ, ਸਰਕਾਰਾਂ ਬਦਲਣ ਦੇ ਨਾਲ ਭਾਰਤ ਦਾ, ਪੰਜਾਬ ਦਾ ਭਲਾ ਖੁਸ਼ਹਾਲੀ ਨਹੀਂ ਹੋਣੀ। ਸਿਰਫ ਨੀਤੀਆਂ ਬਦਲਣ ਦੇ ਨਾਲ ਅਤੇ ਇੰਟੈਲੀਜੈਂਟ ਲੀਡਰ ਸਾਡੇ ਕੋਲ ਹੋਵੇ,
ਉਹੀ ਸਾਡੀ ਪੰਜਾਬ ਨੂੰ ਅੱਗੇ। ਮੈਂ ਪਟਿਆਲਾ ਕੰਸਟੀਚੁਐਂਸੀ ਦੇ ਤਮਾਮ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੀ ਪਾਰਟੀ ਅੰਬੇਦਕਰ ਰਾਈਟ ਪਾਰਟੀ ਆਫ ਇੰਡੀਆ ਜਿਹੜੀ ਸਿਧਾਂਤਾਂ ਦੇ ਤੌਰ 'ਤੇ ਪਾਰਟੀ ਆਈ ਹੈ ਉਸਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ, ਕਿਉਂਕਿ ਅਸੀਂ 70 ਸਾਲ ਹੋ ਗਏ ਭਾਰਤ ਆਜ਼ਾਦ ਹੋਏ ਨੂੰ। ਸਾਡੀਆਂ ਰਵਾਇਤੀ ਪਾਰਟੀਆਂ ਨੇ ਜਿਹੜੀਆਂ ਸਰਮਾਏਦਾਰ ਲੋਕਾਂ ਦੀ ਤਰਜਮਾਨੀ ਕਰਦੀਆਂ ਹਨ, ਅਤੇ ਇਸ ਵਾਰੀ ਇਹਨਾਂ ਨੂੰ ਪੂਰਾ ਇਹ ਦਿਖਾ ਦਿੱਤਾ ਜਾਵੇ ਕਿ ਨਵੀਂ ਪਾਰਟੀ ਆਈ ਹੈ, ਅਸੀਂ ਪੰਜਾਬ ਦੇ ਲੋਕ ਨਵੀਂ ਪਾਰਟੀ ਨੂੰ ਚੁਣਨ ਲਈ ਤਰਜੀਹ ਕਰਨ। ਥੈਂਕ ਯੂ।